ਸੜਕ ਤੇ ਜ਼ਖਮੀ ਪਏ ਨੌਜਵਾਨਾਂ ਲਈ ਮਸੀਹਾ ਬਣ ਬੌੜਿਆ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਸਵੇਰੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਕਿਸਮਤ ਚੰਗੀ ਆਖ ਲਵੋ ਜਾਂ ਇਤਫਾਕ ਕਹਿ ਲਵੋ ਕਿ ਇਸ ਦੌਰਾਨ ਉੱਥੋਂ ਗੁਜ਼ਰ ਰਹੇ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਰਾਜ ਬਚਨ ਸਿੰਘ ਦੀ ਨਜ਼ਰ ਜ਼ਖਮੀ ਨੌਜਵਾਨਾਂ 'ਤੇ ਪਈ। ਜ਼ਖਮੀਆਂ ਲਈ ਮਸੀਹਾ ਬਣ ਬੌੜੇ ਐਸਐਸਪੀ ਨੇ ਤੁਰੰਤ ਨੌਜਵਾਨਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਵੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਐਸਐਸਪੀ ਸਾਹਿਬ ਮੁਕਤਸਰ ਨਾਲ ਅਸੀਂ ਸਕਾਊਟ ਤੇ ਆਏ ਡਿਊਟੀ ਸਾਡੀ। ਸਰ ਕੀ ਮਾਮਲਾ ਹੋਇਆ, ਐਕਸੀਡੈਂਟ ਦੀ ਗੱਲ ਇੱਕ ਸਾਹਮਣੇ? ਸਰ ਅਸੀਂ ਐਸਐਸਪੀ ਸਾਹਿਬ ਮੁਕਤਸਰ ਨੂੰ ਲੈ ਕੇ ਆ ਰਹੇ ਸੀਗੇ ਤੇ ਅੱਗੇ ਸੰਗੂਆਂ ਨੇ ਗੁਰਦੁਆਰਾ ਸਾਹਿਬ ਕੋਲ ਜਿਹੜੇ ਰਸਤੇ ਦੇ ਵਿੱਚ ਮੋਟਰਸਾਈਕਲ ਆਪਸ ਵਿੱਚ ਟਕਰਾ ਗਏ, ਐਕਸੀਡੈਂਟ ਹੋ ਗਿਆ ਤੇ ਸਾਹਿਬ ਜੀ ਨੇ ਜਿਹੜੇ ਆਪਣੀ ਜਿਪਸੀ ਦੇ ਵਿੱਚ ਉਹਨਾਂ ਨੂੰ ਸਾਨੂੰ ਹੁਕਮ ਦਿੱਤਾ ਵੀ ਉਹਨਾਂ ਨੂੰ ਲੈ ਕੇ ਜਾਓ। ਸਰ ਐਸਐਸਪੀ ਸਾਹਿਬ ਵੀ ਕੋਲੇ ਸੀਗੇ ਜਾਂ ਨਹੀਂ? ਜੀ ਸਰ ਕੋਲੇ ਸੀਗੇ ਜੀ। ਤੇ ਜੋ ਇਹ ਜ਼ਖਮੀਆਂ ਨੂੰ ਚੱਕਿਆ ਗਿਆ ਕਿਹਦੀ ਦੇਖਰੇਖ ਵਿੱਚ ਚੱਕਿਆ ਗਿਆ ਜੀ? ਸਾਹਿਬ ਦੀ ਦੇਖਰੇਖ ਚੱਕਿਆ ਗਿਆ ਜੀ। ਉਸ ਤੋਂ ਬਾਅਦ ਸਰ ਪੇਸ਼ੈਂਟ ਕਿੱਥੇ ਲਿਆਂਦੇ ਗਏ? ਸਰ ਅਸੀਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਇੱਥੇ ਲੈ ਗਏ ਹਾਂ, ਉਹਨਾਂ ਦੀ ਇੱਕ ਵਾਰੀ ਜਾਨ ਬਚਾਈ ਹੈ। ਹਾਂਜੀ ਹਾਂਜੀ। ਤੇ ਮਰੀਜ਼ਾਂ ਨੂੰ ਅੱਗੇ ਡਾਕਟਰ ਵਗੈਰਾ ਮਿਲ ਗਏ ਮੌਕੇ ਤੇ ਕਿ ਨਹੀਂ? ਹਾਂਜੀ ਸਰ ਡਾਕਟਰ ਮਿਲ। ਡਾਕਟਰ ਸਾਹਿਬ ਕੋਈ ਐਕਸੀਡੈਂਟ ਵਾਲਾ ਕੇਸ ਆਇਆ ਜੀ ਆਪਣੇ ਕੋਲੇ ਸਵੇਰ ਦੇ ਟਾਈਮ? ਦੱਸ ਰਹੇ ਕਿ ਪੁਲਿਸ ਪਾਰਟੀ ਲੈ ਕੇ ਪਹੁੰਚੀ ਹੈ। ਹਾਂਜੀ, ਇੱਕ ਰੋਡ ਸਾਈਡ ਐਕਸੀਡੈਂਟ ਆਇਆ ਸੀਗਾ ਜਿਹੜੇ ਕਿ ਦੋ ਮੋਟਰਸਾਈਕਲ ਆਪਸ 'ਚ ਟੱਕਰ ਹੋਣ ਕਰਕੇ ਦੋਨੋਂ ਪੇਸ਼ੈਂਟ ਕਾਫੀ ਸੀਰੀਅਸ ਹੈ, ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਤਾ ਗਿਆ। ਪੁਲਿਸ ਵਾਲੇ ਲੈ ਕੇ ਆਏ ਹੈ 108। ਹਾਂਜੀ।